ਬੇਟਾ ਕੀ ਨਾਮ ਹੈ ਕਿਹੜੀ ਕਲਾਸ ਹੈ ਮਨ ਸਿਰਫ ਕੌਰ 7th ਕਲਾਸ ਬੇਟਾ ਕਿਦਾਂ ਲੱਗ ਰਿਹਾ ਹੈ ਸਕੂਲ ਦੇ ਵਿੱਚ ਆ ਕੇ ਬਹੁਤ ਵਧੀਆ ਆਪਣੇ ਫਰੈਂਡਸ ਨੂੰ ਮਿਲ ਕੇ ਆਪਣੇ ਟੀਚਰਸ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਐਕਸਪੀਰੀਅੰਸ ਕਿਦਾਂ ਰਿਹਾ ਆਫਲਾਈਨ ਕਲਾਸ ਦਾ ਤੇ ਆਨਲਾਈਨ ਆਫਲਾਈਨ ਕਲਾਸਿਸ ਦਾ ਤੇ ਬਹੁਤ ਵਧੀਆ ਕਿਉਂਕਿ ਆਨਲਾਈਨ ਕਲਾਸਿਸ ਵਿੱਚ ਨੈਟ ਦੀ ਕਦੇ ਕਦੇ ਪ੍ਰੋਬਲਮ ਹੋ ਜਾਂਦੀ ਸੀ ਤੇ ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਮੈਮ ਕੀ ਪੜਾ ਰਿਹਾ ਕੀ ਸਮਝਾ ਰਿਹਾ ਤੇ ਆਫਲਾਈਨ ਕਲਾਸਿਸ ਵਿੱਚ ਜੇ ਸਾਨੂੰ ਕੁਝ ਸਮਝ ਨਹੀਂ ਆਉਂਦਾ ਤੇ ਅਸੀਂ ਉਹ ਮੈਮ ਤੋਂ ਪੁੱਛ ਸਕਦੇ ਹਾਂ ਤੇ ਇਹ ਬਹੁਤ ਜ਼ਿਆਦਾ ਫਰਕ ਹੈਗਾ ਆਫਲਾਈਨ ਕਦੇ ਕਦੇ ਮਤਲਬ ਕਿ ਆਨਲਾਈਨ ਕਲਾਸਿਸ ਦੇ ਵਿੱਚ ਨਾ ਨਾ ਕਦੇ ਨੈੱਟ ਦੀ ਪ੍ਰੋਬਲਮ ਤਾਂ ਹੁੰਦੀ ਹੈ ਉਹ ਮੇਰੀ ਤਾਂ ਹਮੇਸ਼ਾ ਹੁੰਦੀ ਕਿਉਂਕਿ ਸਾਡੇ ਏਰੀਆ ਵਿੱਚ ਨੈੱਟ ਦੀ ਨਾ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਫਿਰ ਆਨਲਾਈਨ ਕਲਾਸਿਸ ਲਗਾਉਣਾ ਬਹੁਤ ਔਖਾ ਹੁੰਦਾ ਲੱਗਦਾ ਸੀ ਜਿਹੜਾ ਨੈਟਵਰਕ ਦੀ ਪ੍ਰੋਬਲਮ ਸੀ ਉਹਦੇ ਨਾਲ ਸਿਲੇਬਸ ਕਾਫੀ ਪਿੱਛੇ ਪਿਆ ਸੀ ਬਹੁਤ ਜ਼ਿਆਦਾ ਪਿੱਛੇ ਪਿਆ ਸੀ ਤੇ ਅੱਜ ਕਿੱਦਾਂ ਲੱਗ ਰਿਹਾ ਸਕੂਲ ਦੇ ਵਿੱਚ ਆਏ ਬਹੁਤ ਵਧੀਆ ਲੱਗ ਰਿਹਾ ਸਕੂਲ ਦੇ ਕਿੱਦਾਂ ਦੇ ਇੰਤਜ਼ਾਮ ਹੈ ਸਕੂਲ ਦੇ ਜਿੰਨੇ ਵੀ ਕੋਵਿਡ-19 ਦੇ ਇੰਸਟਰਕਸ਼ਨ ਸੀਗੇ ਉਹ ਸਾਰੇ ਫੋਲੋ ਕੀਤੇ ਗਏ ਆ ਜਿੱਦਾਂ ਕਿ ਹਰ ਕਲਾਸ ਦੇ ਬਾਹਰ ਸੈਨੀਟਾਈਜ਼ਰ ਰੱਖਿਆ ਗਿਆ ਸਕੂਲ ਦੀ ਐਂਟਰੀ 'ਤੇ ਵੀ ਸੈਨੀਟਾਈਜ਼ਰ ਰੱਖਿਆ ਗਿਆ ਹੈ ਅਤੇ ਮਾਸਕ ਵੀ ਰੱਖੇ ਗਏ ਹਨ ਤਾਂ ਕਿ ਜੇ ਕੋਈ ਮਾਸਕ ਲਗਾਉਣਾ ਭੁੱਲ ਜਾਏ ਤਾਂ ਉਹ ਅੰਦਰ ਆ ਕੇ ਲਗਾ ਸਕੇ ਮਾਸਕ ਪਾਣੀ ਦੀ ਬੋਤਲ ਵਗੈਰਾ ਤੁਸੀਂ ਆਪਣੀ ਲੈ ਕੇ ਹਾਂਜੀ ਮੈਂ ਆਪਣੀ ਲੈ ਕੇ ਮੈਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਮਿਸ ਆਦਰਸ਼ ਸ਼ਰਮਾ ਹੈ ਮੈਂ ਲੈਕਚਰਰ ਇੰਗਲਿਸ਼ ਹਾਂ ਮੈਮ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਹੈ ਸੂਬਾ ਸਰਕਾਰ ਦੀ ਗਾਈਡਲਾਈਨ ਨੂੰ ਲੈ ਕੇ ਸਕੂਲ ਖੁੱਲ੍ਹ ਗਏ ਬਹੁਤ ਅੱਛਾ ਲੱਗਾ ਬੱਚੇ ਆਏ ਰੌਣਕ ਆਈ ਸਾਡੇ ਵਿਹੜੇ ਦੇ ਵਿੱਚ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਘਰ ਦੇ ਵਿੱਚ ਭਾਵੇਂ ਅਸੀਂ ਆਨਲਾਈਨ ਕਲਾਸਿਸ ਲੈ ਰਹੇ ਸੀਗੇ ਪਰ ਬੱਚਿਆਂ ਨਾਲ ਇੰਟਰੈਕਸ਼ਨ ਕਰਨੀ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਉਹ ਉਹਨਾਂ ਨੂੰ ਅਸੀਂ ਸੋਲਵ ਕਰ ਸਕਦੇ ਹਾਂ ਬੱਚੇ ਜਿਹੜੇ ਆ ਇੱਥੇ ਆ ਕੇ ਬਹੁਤ ਕੁਝ ਸਿੱਖਦੇ ਨੇ ਆਪਣੇ ਫਰੈਂਡਸ ਦੇ ਨਾਲ ਬਹੁਤ ਅੱਛੀਆਂ ਅੱਛੀਆਂ ਗੱਲਾਂ ਸਿੱਖਦੇ ਰਲ ਮਿਲ ਕੇ ਬੈਠਣਾ ਗੱਲ ਕਰਨਾ ਜੇ ਉਹਨਾਂ ਦੀ ਵੀ ਕੋਈ ਪ੍ਰੋਬਲਮ ਹੋਏਗੀ ਤਾਂ ਉਹ ਸਾਡੇ ਨਾਲ ਆਣ ਕੇ ਡਿਸਕਸ ਕਰਨਗੇ ਮੈਨੂੰ ਲੱਗਦਾ ਕਿ ਜਿਹੜੇ ਆਨਲਾਈਨ ਕਲਾਸਾਂ ਵਿੱਚ ਨੈਟਵਰਕਿੰਗ ਦਾ ਜਿਹੜਾ ਕਈ ਵਿਲੇਜ ਤੋਂ ਆਉਂਦੇ ਨੇ ਉੱਥੇ ਕਾਫੀ ਪ੍ਰੋਬਲਮ ਹੁੰਦੀ ਸੀ ਸਰ ਬਹੁਤ ਕਾਫੀ ਪਿੱਛੇ ਪਿਆ ਜੀ ਜੀ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਨੂੰ ਵੀ ਕਰਨਾ ਪੈਂਦਾ ਸੀ ਬੱਚੇ ਕਹਿੰਦੇ ਸੀ ਸਾਡੇ ਫਾਦਰਸ ਜਾਂ ਮਦਰ ਫੋਨ ਲੈ ਗਏ ਨੇ ਸਾਡੇ ਕੋਲ ਫੋਨ ਨਹੀਂ ਹੈ ਔਰ ਜਦੋਂ ਉਹ ਆਉਣਗੇ ਕਈ ਵਾਰੀ ਉਹ ਬਹੁਤ ਲੇਟ ਆਉਂਦੇ ਸੀ ਬੱਚਾ ਵੀ ਉਦੋਂ ਥੱਕ ਜਾਂਦਾ ਕੰਮ ਨਹੀਂ ਕਰ ਪਾਉਂਦਾ ਸੀ ਔਰ ਬੱਚਾ ਪਿੱਛੇ ਰਹਿ ਜਾਂਦਾ ਸੀ ਟੈਸਟ ਵੀ ਜਦੋਂ ਹੋਏ ਸੀ ਸਾਨੂੰ 10:30 ਤੱਕ ਰਾਤ ਫੋਨ ਕਰਨਾ ਪੈਂਦਾ ਸੀ ਕਈ ਵਾਰੀ ਆਡ ਸਿਚੁਏਸ਼ਨਸ ਹੁੰਦੀਆਂ ਸੀ ਅਤੇ ਅਸੀਂ ਫੋਨ ਨਹੀਂ ਕਰ ਸਕਦੇ ਚਾਹ ਕੇ ਵੀ ਅਸੀਂ ਫੋਨ ਨਹੀਂ ਸੀ ਕਰ ਸਕਦੇ ਲੱਗਦਾ ਕਿ ਡਿਊਟੀ ਹੁਣ ਡਬਲ ਹੋ ਜੂਗੀ ਕਿਉਂਕਿ ਕਰੋਨਾ ਦਾ ਜਿਹੜਾ ਕਹਿਰ ਹਜੇ ਵੀ ਹੈਗਾ ਵਾ ਕਿਉਂਕਿ ਕੋਈ ਗੱਲ ਨਹੀਂ ਸਰ ਅਸੀਂ ਨੌਕਰੀ ਕੀ ਤਾਂ ਨਖਰਾ ਕਿ ਬੱਚਿਆਂ ਵਾਸਤੇ ਆ ਜਦੋਂ ਵੀ ਇਹਨਾਂ ਨੂੰ ਕਦੀ ਵੀ ਲੋੜ ਪਏਗੀ ਕਿਸੇ ਵੀ ਤੇ ਅਸੀਂ ਜ਼ਰੂਰ ਕਿਉਂਕਿ ਅਧਿਆਪਕ ਹੁੰਦਾ ਹੀ ਇਸ ਵਾਸਤੇ ਸਕੂਲ ਦੇ ਵਿੱਚ ਕੀ ਇੰਤਜ਼ਾਮ ਕੀਤੇ ਗਏ ਕਰੋਨਾ ਨੂੰ ਲੈ ਕੇ ਸਭ ਤਰ੍ਹਾਂ ਦੀ ਉਹਨਾਂ ਨੇ ਆਪਣੀ ਅਸੀਂ ਪੂਰੀ ਤਰ੍ਹਾਂ ਤਿਆਰੀ ਕਰ ਰੱਖੀ ਹੈ ਬੱਚਿਆਂ ਨੂੰ ਕਲਾਸਿਸ ਨੂੰ ਸੈਨੇਟਾਈਜ਼ ਕੀਤਾ ਬੱਚਿਆਂ ਨੂੰ ਕਿ ਆਪਣਾ ਸੈਨੇਟਾਈਜ਼ਰ ਨਾਲ ਲੈ ਕੇ ਆਓ ਹੈਂਡ ਵਾਸ਼ ਪ੍ਰੋਪਰਲੀ ਕਰੋ ਔਰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਜਿੰਨੀਆਂ ਵੀ ਗਾਈਡਲਾਈਨਸ ਹੈ ਪੰਜਾਬ ਗਵਰਨਮੈਂਟ ਜਾਂ ਸਿਹਤ ਵਿਭਾਗ ਵੱਲੋਂ ਉਹਨਾਂ ਦੀ ਪੂਰੀ ਪੂਰੀ ਅਸੀਂ ਵੀ ਕਰਾਂਗੇ ਪਾਲਣਾ ਔਰ ਬੱਚਿਆਂ ਨੂੰ ਵੀ ਕਹਾਂਗੇ ਕਿ ਉਹ ਪਾਲਣਾ ਕਰਨ ਪ੍ਰੋਪਰ ਬੱਚੇ ਆ ਰਹੇ ਹਨ ਕਈ ਮਾਪਿਆਂ ਦੇ ਹਜੇ ਵੀ ਦੇਵੇ ਮਨ ਦੇ ਵਿੱਚ ਡਰ ਹੈਗਾ ਸਰ ਸਾਡੀ ਕੋਸ਼ਿਸ਼ ਹੈ ਤੁਸੀਂ ਦੇਖੋ ਕਿੰਨੀ ਜ਼ਿਆਦਾ ਸਟਰੈਂਥ ਹੋ ਗਈ ਹੈ ਸਾਡੀ ਕੋਸ਼ਿਸ਼ ਹੈ ਕਿ ਪੂਰੇ ਦੇ ਪੂਰੇ ਬੱਚਿਆਂ ਜਦੋਂ ਅਸੀਂ ਪੜ੍ਹਾਵਾਂਗੇ ਬੱਚੇ ਮੈਸੇਜ ਲੈ ਕੇ ਜਾਣਗੇ ਕਿ ਕਲਾਸਿਸ ਪੂਰੀਆਂ ਲੱਗ ਰਹੀਆਂ ਔਰ ਪੂਰੀਆਂ ਗਾਈਡਲਾਈਨਸ ਦਾ ਧਿਆਨ ਰੱਖਾਂਗੇ ਬੱਚਿਆਂ ਨੂੰ ਗਾਈਡ ਕਰਦੇ ਰਹਾਂਗੇ ਸਮੇਂ ਸਮੇਂ 'ਤੇ ਅਤੇ ਫਿਰ ਕੋਈ ਪ੍ਰੋਬਲਮ ਨਹੀਂ ਆਏਗੀ ਹਾਂਜੀ ਮੈਂ ਮਨਦੀਪ ਕੌਰ ਪ੍ਰਿੰਸੀਪਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਬਾਲੋਡ ਅੰਮ੍ਰਿਤਸਰ ਜੀ ਮੈਮ ਅੱਜ ਜਿਹੜੀਆਂ ਸੂਬਾ ਸਰਕਾਰ ਦੀ ਗਾਈਡਲਾਈਨ ਨੇ ਕੀ ਗਾਈਡਲਾਈਨ ਸਾਡੇ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨਸ 'ਚ ਅੱਜ ਸਕੂਲ 6ਵੀਂ ਤੋਂ 12ਵੀਂ ਤੱਕ ਸਾਰੀਆਂ ਕਲਾਸਿਸ ਲਈ ਓਪਨ ਕਰ ਦਿੱਤੇ ਨੇ ਇਸ ਤੋਂ ਪਹਿਲੇ 10th ਤੋਂ ਲੈ ਕੇ +2 ਤੱਕ ਆਲਰੇਡੀ ਓਪਨ ਹੋ ਚੁੱਕੇ ਸੀ ਤੋ ਗਵਰਨਮੈਂਟ ਦੀਆਂ ਜੋ ਇੰਸਟਰਕਸ਼ਨਸ ਨੇ ਕੋਵਿਡ ਨੂੰ ਲੈ ਕੇ ਤੁਸੀਂ ਦੇਖ ਹੀ ਰਹੇ ਹੋ ਟੈਂਪਰੇਚਰ ਅਸੀਂ ਬੱਚਿਆਂ ਦਾ ਚੈੱਕ ਕਰ ਰਹੇ ਹਾਂ ਸੈਨੇਟਾਈਜ਼ ਕਰਵਾ ਰਹੇ ਉਹਨਾਂ ਦੇ ਹੱਥ ਵਾਰ ਵਾਰ ਬੱਚਿਆਂ ਨੂੰ ਐਜੂਕੇਟ ਕਰ ਰਹੇ ਹਾਂ ਕਿ ਜਿਹੜੇ ਬੱਚੇ ਵੈਕਸੀਨੇਸ਼ਨ ਵਾਸਤੇ ਐਲੀਜੀਬਲ ਨੇ ਉਹ ਵੈਕਸੀਨੇਸ਼ਨ ਕਰਵਾਉਣ ਮੈਮ ਟੀਚਰਾਂ ਦੇ ਵੀ ਵੈਕਸੀਨ ਵਗੈਰਾ ਸਾਡੇ ਸਾਰੇ ਸਟਾਫ ਨੂੰ ਡਬਲ ਡੋਜ਼ ਵੈਕਸੀਨ ਦੀ ਲੱਗ ਚੁੱਕੀ ਹੋਈ ਹੈ ਮੈਮ ਕਈ ਮਾਪਿਆਂ ਦੇ ਹਜੇ ਵੀ ਮਨ ਦੇ ਵਿੱਚ ਡਰ ਹੈਗਾ ਤਾਂ ਉਹਨਾਂ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਦੇਖੋ ਮਾਪਿਆਂ ਦੇ ਮਨ ਦਾ ਜਿਹੜਾ ਡਰ ਹੈ ਉਹ ਬਿਲਕੁਲ ਸੱਚਾ ਹੈ ਕਿਉਂਕਿ less than 18 ਵਾਲੇ ਬੱਚਿਆਂ ਦੀ ਅਜੇ ਤੱਕ ਕੋਈ ਵੈਕਸੀਨੇਸ਼ਨ ਨਹੀਂ ਹੋਈ ਔਰ ਉਹਦੇ ਕੰਸਰਨ 'ਚ ਕੋਈ ਪਾਲਿਸੀ ਵੀ ਨਹੀਂ ਹੈ ਸੋ ਅਗਰ ਪੇਰੈਂਟਸ ਦਾ ਮਨ ਮੰਨੇ ਤਾਂ ਉਹ ਬੱਚੇ ਨੂੰ ਕੰਸੈਂਟ ਦੇ ਨਾਲ ਸਕੂਲ ਭੇਜਣ ਇਹਦੇ ਵਾਸਤੇ ਕੰਪਲਸਰੀ ਕੁਛ ਨਹੀਂ ਹੈ ਆਨਲਾਈਨ ਕਲਾਸਾਂ ਅਜੇ ਵੀ ਚੱਲਦੀਆਂ ਰਹਿਣਗੀਆਂ ਆਨਲਾਈਨ ਕਲਾਸਿਸ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ ਅਸੀਂ ਇਹੀ ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਦਾ ਨੁਕਸਾਨ ਨਾ ਹੋਵੇ ਆਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਮੇਰੇ ਕੋਲ ਇੱਕ ਰੂਮ ਦੇ ਵਿੱਚ 15 ਤੋਂ 16 ਤੱਕ ਹੀ ਬੱਚੇ ਹੋਣਗੇ ਇਸ ਹਿਸਾਬ ਦੇ ਨਾਲ ਅਸੀਂ ਐਡਜਸਟਮੈਂਟ ਕੀਤੀ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰਹੇ ਮੈਨੂੰ ਲੱਗਦਾ ਕਿ ਡਿਊਟੀ ਤੁਹਾਡੀ ਡਬਲ ਹੋ ਜੂਗੀ ਕਿਉਂਕਿ ਛੋਟੇ ਵੱਡੇ ਬੱਚੇ ਤੇ ਬਣ ਜਾਂਦੇ ਛੋਟੇ ਬੱਚਿਆਂ ਨੂੰ ਵਿਕਣਾ ਹਾਂਜੀ ਸਰ ਟੀਚਰਸ ਵਾਸਤੇ ਥੋੜਾ ਜਿਹਾ ਡਿਫਿਕਲਟ ਹੈ ਦੋਨੋਂ ਤਰ੍ਹਾਂ ਦੇ ਨਾਲ ਕੰਮ ਕਰਨਾ ਪਰ ਦੇਖੋ ਜਦੋਂ ਅਸੀਂ ਕੋਵਿਡ ਦੇ ਹਾਲਾਤਾਂ ਨੂੰ ਦੇਖਦੇ ਹਾਂ ਤੇ ਹਰ ਕੋਈ ਆਪਣੀ ਡਿਊਟੀ ਬਹੁਤ ਸਿੰਸੀਅਰਲੀ ਕਰ ਰਿਹਾ ਹੈ ਜੇ ਅਸੀਂ ਡਾਕਟਰਸ ਨੂੰ ਨਰਸਿਸ ਨੂੰ ਵੇਖੀਏ ਤੇ ਉਹਨਾਂ ਜਿੰਨਾ ਟਫ ਤੇ ਨਹੀਂ ਹੈ ਨਾ
ਸਾਡੇ ਬੱਚਿਆਂ ਦਾ ਲੌਸ ਘੱਟ ਤੋਂ ਘੱਟ। ਠੀਕ।